ਇੱਕ ਬੇਡਰ ਪੁੱਤ ਦੇ ਵੱਲੋਂ ਆਪਣੇ ਪਿਤਾ ਤੇ ਆਪਣੇ ਭਰਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਦੋਵੇਂ ਜਾਣਿਆਂ ਤੇ ਗੱਡੀ ਚਾੜ ਦਿੱਤੀ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਇਹ ਸ਼ਖਸ ਗੱਡੀ ਨੂੰ ਤੇਜ਼ ਭਜਾ ਕੇ ਇੱਕਦਮ ਉਹਨਾਂ ਤੇ ਹਮਲਾ ਕਰਦਾ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਕੰਧ ਜ਼ਰੂਰ ਭੰਨੀ ਗਈ ਔਰ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਬਿਆਨ ਕਰਦੀਆਂ ਨੇ ਕਿਸ ਤਰੀਕੇ ਦੇ ਨਾਲ ਇੱਕ ਪੁੱਤ ਦੇ ਵੱਲੋਂ ਆਪਣੇ ਪਿਓ ਤੇ ਆਪਣੇ ਭਰਾ ਤੇ ਜਾਨਲੇਵਾ ਹਮਲਾ ਕੀਤਾ ਗਿਆ। ਦੋਵਾਂ ਨੂੰ ਕਾਰ ਦੇ ਨਾਲ ਕੁਚਲਿਆ ਗਿਆ। ਗਣੀਮਤ ਰਹੀ ਕਿ ਦੋਵੇਂ ਜਾਣੇ ਬਚ ਗਏ। 2018 ਦੇ ਵਿੱਚ ਇਸ ਨੂੰ ਬੇਦਖਲ ਕੀਤਾ ਹੋਇਆ, ਇਹ ਨਸ਼ਿਆਂ ਦਾ ਆਦੀ ਹੈ। ਪਿਓ ਅਤੇ ਭਰਾ ਨੇ ਆਰੋਪ ਲਗਾਏ ਕਿ ਸਰਹੰਦ ਦੇ ਕੁਝ ਸ਼ਖਸ ਇਸ ਦੇ ਨਾਲ ਨੇ। ਇੱਕ ਪਿੰਡ ਦਾ ਸਰਪੰਚ ਹੈ ਜਿਸ ਦੀ ਸ਼ਾਹ ਦੇ ਉੱਪਰ ਇਹ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਵੀ ਦਿੰਦਾ। ਪਹਿਲਾਂ ਵੀ ਇਸਦੇ ਵੱਲੋਂ ਆਪਣੇ ਪਿਤਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਕੁਹਾੜੀ ਦੇ ਨਾਲ ਵੱਢ ਦੇਣਾ ਸੀ। ਉਦੋਂ ਵੀ ਬਚਾ ਰਿਹਾ, ਪਰ ਅੱਜ ਇਸਨੇ ਹੱਦਾਂ ਬੰਨੇ ਟੱਪਦੇ ਹੋਏ ਆਪਣੇ ਭਰਾ ਤੇ ਆਪਣੇ ਪਿਓ ਨੂੰ ਕਾਰ ਦੇ ਨਾਲ ਕੁਚਲਣ ਦੀ, ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਗਣੀਮਤ ਰਹੀ ਕਿ ਦੋਵੇਂ ਜਾਣੇ ਬਚ ਗਏ। ਮਾਮਲਾ ਮੋਹਾਲੀ ਦੇ ਪਿੰਡ ਚਿੱਲਾ ਤੋਂ ਸਾਹਮਣੇ ਆਇਆ। ਵਾਰਦਾਤ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਪੀੜਤਾ ਦਾ ਇਲਜ਼ਾਮ ਹੈ ਕਿ ਹਾਲੇ ਤੱਕ ਪੁਲਿਸ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੇ ਬਿਆਨ ਦਰਜ ਨਹੀਂ ਕੀਤੇ ਗਏ, ਕਿਉਂਕਿ ਇਹ ਸਰਹੰਦ ਦੇ ਕੁਝ ਲੋਕ ਨੇ, ਇੱਕ ਪਿੰਡ ਦਾ ਸਰਪੰਚ ਹੈ, ਉਹਨਾਂ ਦੀ ਸ਼ਹਿ ਤੇ ਹੀ ਇਸ ਤਰੀਕੇ ਦੀਆਂ ਵਾਰਦਾਤਾਂ ਕਰਦਾ ਹੈ। ਪਹਿਲਾਂ ਵੀ ਇਸ 'ਤੇ ਕੇਸ ਦਰਜ ਨੇ, ਜ਼ਮਾਨਤ ਉੱਪਰ ਬਾਹਰ ਆਇਆ ਹੋਇਆ ਏ। ਤਾਂ ਦੱਸ ਦਈਏ ਕਿ ਇੱਕ ਪੁੱਤ ਦੇ ਵੱਲੋਂ ਜੋ ਕਿ ਘਰੋਂ ਬੇਦਖਲ ਕੀਤਾ ਹੋਇਆ ਬੇਡਰ ਹੈ, ਉਸਨੇ ਆਪਣੇ ਪਿਤਾ ਅਤੇ ਭਰਾ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। 2018 ਦੇ ਵਿੱਚ ਇਸ ਨੂੰ ਬੇਦਖਲ ਕੀਤਾ ਗਿਆ ਸੀ। ਪਿਤਾ ਦੇ ਮੁਤਾਬਿਕ ਉਸਦਾ ਪੁੱਤ ਨਸ਼ੇ ਦਾ ਆਦੀ ਹੈ ਔਰ ਆਏ ਦਿਨ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ, ਪਰ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਨਰਜਰ ਸਿੰਘ ਨਾਮ ਹੈ ਜੀ ਮੇਰਾ, ਪਿੰਡ ਚਿੱਲਾ ਸੈਕਟਰ 83 ਮੋਹਾਲੀ। ਆਪਾਂ ਖੇਤ ਨੂੰ ਲੱਗਦੇ ਜਾਣ, ਮੁੰਡੇ ਨੂੰ ਛੁੱਟੀ ਦੀ ਗੱਲ, ਜਾਂ ਦੋ ਦਿਨ ਖੇਤ ਵਿੱਚ ਜਾ ਕੇ ਕੰਮ ਕਰੇ ਜੀਰੀ ਲਾਉਣੇ ਵਾਸਤੇ। ਮੈਂ ਇਹਨੂੰ ਕਿਹਾ ਵੀ ਗੱਡੀ ਕੱਢ, ਮੈਂ ਗੱਡੀ ਛੱਡਣ ਲੱਗਿਆ ਖੋਲ੍ਹਣ ਜਿੰਦਾ ਆਇਆ, ਆਣ ਕੇ ਗੱਡੀ ਚੜ੍ਹਾਈ ਉੱਪਰ, ਕਹਿੰਦਾ ਮੈਨੂੰ ਦੋਵਾਂ ਨੂੰ ਦਰਨ ਲੱਗਿਆ, ਪਰਾਂ ਮਾਰਿਆ ਭਗਾ ਕੇ, ਅਤੇ ਆਪਾਂ ਗੱਡੀ ਨਹੀਂ ਰੁਕੀ, ਜਾ ਕੇ ਪੜੋਸੀ ਕੰਧ ਵਿੱਚ ਵੱਜੀ। ਕੀ ਕਾਰਨ ਰਿਹਾ ਰਣਜੀਤ ਸਿੰਘ, ਗੱਲ ਕੀ ਸਮਝਦੇ ਤੁਸੀਂ, ਕਿਉਂ ਇਹੋ ਜਿਹੀ ਇਬਾਦਤ ਹੋ ਜਾਂਦੀ? ਵੀ ਸਾਨੂੰ ਮਾਰ ਲਓ। ਕੀ ਕਾਰਨ ਵੀ ਹੋਏਗਾ? ਕਾਰਨ ਪਹਿਲਾਂ ਦੇਖ ਕੇ ਜਿਹੜੀ ਤੁਹਾਡਾ ਬੇਟਾ ਹੀ ਆ ਆਲਰੇਡੀ। ਹਾਂਜੀ, ਨਸ਼ੇ ਕਰਾਂ ਜੀ, ਕਾਲੇ ਸੀਸੇ ਆ, ਲਸਾਂ ਸੂ ਕੇ ਕੋਲ ਨਹੀਂ ਹੈ, ਪੰਜ ਬੰਦੇ, ਚਾਰ ਬੰਦੇ ਹੋਰ ਅਤੇ ਪੰਜਵਾਂ ਆਇਆ ਉਹਦਾ ਕੱਲ੍ਹ, ਸਰਹੰਦ ਕੇ ਬੰਦੇ ਆ, ਪਹਿਲਾਂ ਵੀ ਕੰਪਲੇਂਟ ਕਰਾ ਚੁੱਕੇ, ਕੋਈ ਪੁਲਿਸ ਨੇ ਕਾਰਵਾਈ ਨਹੀਂ ਕਰੀ। ਕੀ ਕਾਰਨ ਤੁਹਾਨੂੰ, ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ? ਇਹ ਸਰਪੰਚ ਹੈ ਜਿਹੜਾ ਮੌਲੀ ਵਾਲਾ, ਉਹ ਕਾਰਵਾਈ ਕਰ ਨਹੀਂ ਦੇ ਰਿਹਾ ਪੁਲਿਸ ਨੂੰ। ਕੌਣ ਹੈ ਜੀ ਮੌਲੀ ਵਾਲਾ? ਅਵਤਾਰ ਸਿੰਘ। ਕਿਹੜੀ ਪਾਰਟੀ? ਉਹ ਆਮ ਪਾਰਟੀ। ਕੱਲ੍ਹ ਜੀ ਅਸੀਂ ਖੇਤ ਨੂੰ ਚਲੇ ਗਏ ਛੁੱਟੀਆਂ 'ਤੇ ਜੀ, ਮੈਨੂੰ, ਮੈਂ ਏਸੀ ਸਾਹਿਬ ਦਾ ਡਰਾਈਵਰ ਹੈ ਜੀ ਮਿਊਂਸੀਪਲ ਕੋਰਪੋਰੇਸ਼ਨ, ਅਤੇ ਕੱਲ੍ਹ ਅਸੀਂ 11 ਕੋਲ, 10:30-11 ਵਜੇ ਖੇਤ 'ਚ ਨੂੰ ਚੱਲੇ, ਘਰ ਦੇ ਮੂਹਰੇ ਬਾਹਰ ਤੋਂ ਨਿਕਲੇ ਹੀ ਹੈ, ਗੱਡੀ ਲੈ ਕੇ ਕੱਢਣ, ਉਹਨੇ ਗੱਡੀ ਚੜਾ ਦਿੱਤੀ ਸਾਡੇ, ਲਵਪ੍ਰੀਤ ਸਿੰਘ ਨੇ, ਲਵਪ੍ਰੀਤ ਸਿੰਘ ਭਰਾ ਜੀ ਮੇਰਾ। ਕੀ ਕਾਰਨ ਕੀ ਹੈ ਰਣਜੀਤ ਬੱਚੋਂ ਚੜਾਈ ਗੱਡੀ? ਬਾਜੀ ਰਣਜੀਤ ਦਾ ਕਾਰਨ ਕੁਛ ਨਹੀਂ ਪਤਾ ਲੱਗਦਾ, ਬੇਦਖਲ ਕਰਿਆ ਬਾਈ ਉਹ 2018 ਦਾ, ਜ਼ਮੀਨ ਜ਼ਮੂਨ ਵੇਚਿਆ ਖਾ ਗਿਆ ਜੀ, ਨਸ਼ੇ ਕਰਦਾ ਹੈ ਉਹ, ਗੱਡੀ ਦੇ ਕਾਲੇ ਹਿੱਸੇ ਆ ਉਹਦੇ, 4-5 ਜਣੇ ਹੋਰ ਆ ਉਹਦੇ ਨਾਲ ਸਰਹੰਦ ਦੇ। 2023 ਦੇ ਵਿੱਚ ਵੀ ਉਹਦੇ ਵਿੱਚ ਪਰਚਾ ਹੋਇਆ ਤਾ, ਜਮਾਨਤ 'ਤੇ ਆਇਆ ਹੋਇਆ ਉਹ, 31 ਤਰੀਕ ਨੂੰ ਪਹਿਲਾਂ ਉਹਨੇ ਡੈਡੀ 'ਤੇ ਹਮਲਾ ਕਰ ਦਿਆ ਕੁਹਾੜੀ ਨਾਲ, ਪੁਲਿਸ ਨੂੰ ਕਿਹਾ, ਪੁਲਿਸ ਵਾਲੇ ਕਹਿੰਦੇ ਡੈਡੀ ਦੇ ਕਸੂਰ ਹੈ ਤੇਰੇ ਦਾ, ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕਰੀ, ਅਤੇ ਕੱਲ੍ਹ ਫਿਰ 10:30-11 ਵਜੇ ਉਹਨੇ ਗੱਡੀ ਚੜ੍ਹਾ ਦਿੱਤੀ ਸਾਡੇ ਦੋਵਾਂ ਦੇ। ਪਤਾ ਨਹੀਂ ਜਾਂ ਤਾਂ ਉਹਨੂੰ ਬਿਠਾ ਕੇ ਪੁੱਛਣਾ ਪੈਣਾ ਸਰਕਾਰ ਨੂੰ, ਪੁਲਿਸ ਨੂੰ, ਆਹੀ ਸਾਨੂੰ ਇਨਸਾਫ ਦਿੱਤਾ ਜਾਵੇ, ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ, ਕੱਲ੍ਹ ਦੇ ਬੈਠਿਆਂ ਦਾ ਕੋਈ ਬਿਆਨ ਲੈਣੇ ਆਇਆ।
ਇਹਦੇ ਵਿੱਚ ਜੀ ਪੋਲੀਟੀਕਲ ਬੰਦਿਆਂ ਦਾ ਹੱਥ ਹੈ, ਉਹਨਾਂ ਦੀ ਸ਼ਾਇਦ ਚੱਲਦਾ ਹੈ ਉਹ। ਕਿਹੜੇ ਪੋਲੀਟੀਕਲ ਬੰਦੇ ਨੇ, ਕੌਣ ਹੈ? ਮੌਲੀ ਦਾ ਜੀ ਸਰਪੰਚ।